पंजाब दे विच बिजली संकट लगातार गहरा हुंदा जा रहा है। गोइंदवाल साहब दे थर्मल प्लांट दी एक यूनिट होर बंद हो चुकी है। थर्मल प्लांट विच दो यूनिट ने, 270 मेगावाट दी समर्था वाला एक यूनिट ही काम कर रहा है। ते पंजाब दे विच गर्मी वधन दे नाल नाल बिजली दा संकट डूंगा हुंदा जा रहा है। पंजाबियों नूं हुण फिर तो लंबे लंबे बिजली कट्टां दा सामना करना पै रहा है, क्योंकि पावरकॉम कित्थों बिजली लियावे। 200 करोड़ दी बिजली तां पहलां ही पावरकॉम खरीद चुक्या है पिछले दिनां दे विच, ते हुण जदों कोला घट रहा है, कोले दा संकट है, केंद्र सरकार भी पूल दे विचों बिजली नहीं दे रही, तां पावरकॉम कित्थों बिजली पैदा करेगा। सो लोकां नूं ही लंबे लंबे कट सहने पैणगे। भारतीय किसान यूनियन एकता उग्राहां ने मानसा दे घरां अते खेती मोटरां दे विच बिजली पूरा समा ना आउण दे खिलाफ सरकार ते बिजली विभाग दे विरुद्ध रोस मुजाहरा कीता। किसानां ने सरकार नूं नसीहत दिंदिआं कहा कि सरकार बयानबाजी छड के जमीनी पद्धर ते ध्यान देवे, बिजली दी पूरी सप्लाई देवे। किसानां ने कहा कि जे उन्हां दी मंग पूरी ना कीती गई तां आउण वाले दिनां दे विच सड़कां ते जाम ला के सरकार दे खिलाफ तिखा संघर्ष कीता जाऊगा। जोगा दे विच इह रोस मुजाहरा होया है। ਪੰਜਾਬ ਸਰਕਾਰ ਨੇ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਕਿਹਾ ਵੀ ਬਦਲਵੀਆਂ ਫਸਲਾਂ ਬੀਜੋ, ਉਹਦੇ ਅਧੀਨ ਅਸੀਂ ਹੁਣ ਮੂੰਗੀ ਬੀਜਣੀ ਸੀ, ਮੱਕੀ ਬੀਜਣੀ ਹੈ ਔਰ ਨਰਮਾ ਬੀਜਣਾ। ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਆ ਵੀ ਅਸੀਂ ਬਿਜਲੀ ਦੇਵਾਂਗੇ ਤਾਂ ਇਹ ਨਰਮਾ ਦੀ ਬਿਜਾਈ ਸ਼ੁਰੂ ਹੋਊਗੀ। ਹੁਣ ਅਸੀਂ ਨਰਮੇ ਦੀ ਬਿਜਾਈ ਸ਼ੁਰੂ ਕਰਨੀ ਹੈਗੀ, ਉਹਦੇ ਪ੍ਰਤੀ ਅਸੀਂ ਅੱਜ ਗ੍ਰਿੱਡ 'ਤੇ ਧਰਨਾ ਦੇਣ ਆਇਆਂਗੇ। ਇਹਨਾਂ ਨੇ ਹਜੇ ਤੱਕ ਬਿਜਲੀ 3-4 ਦਿਨ ਹੋ ਗਏ ਸਾਡੇ ਪਿੰਡਾਂ ਦੇ ਵਿੱਚ ਬਿਜਲੀ ਨਹੀਂ ਦਿੱਤੀ ਜਾ ਰਹੀ। ਹੁਣ ਕਹਿ ਰਹੇ ਨੇ ਕਹਿੰਦੇ 2 ਥਰਮਲ ਪਲਾਂਟ ਬੰਦ ਹੋ ਗਏ। ਇਹ ਜਦੋਂ ਸਾਡੇ ਫਸਲਾਂ ਬੀਜਣੀਆਂ ਹੁੰਦੀਆਂ ਉਦੋਂ ਇਹਨਾਂ ਦੇ ਥਰਮਲ ਪਲਾਂਟ ਬੰਦ ਹੁੰਦੇ ਨੇਗੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਸਾਨੂੰ 8 ਘੰਟੇ ਬਿਜਲੀ ਪ੍ਰੋਪਰਲੀ ਸਾਰੇ ਮਤਲਬ ਜ਼ਿਲ੍ਹਿਆਂ ਨੂੰ ਦਿੱਤੀ ਜਾਵੇ, ਜਿਹੜੀ ਕਿ ਹੁਣ ਮੂੰਗੀ ਦੀ ਅਸੀਂ ਬਿਜਾਈ ਕਰ ਸਕੀਏ ਅਤੇ ਨਰਮੇ ਦੀ ਬਿਜਾਈ ਕਰ ਸਕੀਏ। ਇਹਦੇ ਨਾਲ ਹੁਣ ਇਹ ਸਾਨੂੰ ਬਿਜਲੀ ਦੀ ਕੱਟ ਲਾ ਰਹੇ ਨੇ ਕਿ ਸਾਨੂੰ 3-4 ਦਿਨ ਹੋ ਗਏ ਸਾਡੇ ਪਿੰਡ ਦੇ ਕੱਟ ਲੱਗੇ ਨੂੰਗੇ, ਉਦੋਂ ਬਾਅਦ ਹੁਣ ਬਿਜਲੀ ਆਈ ਨਹੀਂ ਗੀ, ਅਸੀਂ ਅੱਜ ਫਿਰ ਗ੍ਰਿੱਡ 'ਤੇ ਧਰਨਾ ਦਿੱਤਾ ਹੈਗਾ। ਅਸੀਂ ਮੰਗ ਕਰਦੇ ਹਾਂ ਵੀ ਸਾਰੇ ਸੀਜ਼ਨ ਦੇ ਵਿੱਚ ਹੁਣ 8 ਘੰਟੇ ਬਿਜਲੀ ਪ੍ਰੋਪਰਲੀ ਪਿੰਡਾਂ ਨੂੰ ਇਸ ਮੋਟਰਾਂ 'ਤੇ ਬਿਜਲੀ ਦਿੱਤੀ ਜਾਵੇ, ਨਹੀਂ ਅਸੀਂ ਇਹ ਵੱਡੇ ਐਕਸ਼ਨ ਕਰਾਂਗੇ। ਅੱਜ ਅਸੀਂ ਸੰਕੇਤਕ ਧਰਨਾ ਦਿੱਤਾ ਹੈਗਾ ਵੀ ਇਦੋਂ ਬਾਅਦ ਨਹੀਂ ਅਸੀਂ ਸੜਕਾਂ ਰੋਕਾਂਗੇ ਜਾਂ ਕੋਈ ਹੋਰ ਵੀ ਜਥੇਬੰਦੀ ਵੱਲੋਂ ਜੋ ਕੋਈ ਐਕਸ਼ਨ ਆਇਆ ਉਹ ਐਕਸ਼ਨ ਕਰਾਂਗੇ, ਨਹੀਂ ਅਸੀਂ ਇੱਥੇ ਨਹੀਂ ਟਿਕ ਕੇ ਬੈਠਾਂਗੇ। ਜਦੋਂ ਅਸੀਂ ਫਸਲਾਂ ਬੀਜਣੀਆਂ ਨੇ ਉਦੋਂ ਸਾਨੂੰ ਧਰਨੇ ਦੇਣੇ ਪੈ ਰਹੇ ਨੇ, ਜਦੋਂ ਅਸੀਂ ਖਾਦ ਲੈਣੀ ਉਦੋਂ ਧਰਨੇ ਦੇਣੇ ਪੈ ਰਹੇ ਨੇਗੇ, ਜਦੋਂ ਵੀ ਕੋਈ ਕੰਮ ਕਰਨਾ ਕਿਸਾਨ ਨੇ ਉਦੋਂ ਧਰਨੇ ਦੇ ਕੀ ਕਰਨਾ ਪੈਂਦਾ। ਉਹਨਾਂ ਚਿਰ ਧਰਨੇ ਦਿੱਤੇ ਬਿਨਾਂ ਸਰਕਾਰ ਦੀ ਅੱਖ ਨਹੀਂ ਖੁੱਲ੍ਹਦੀ। ਹੁਣ ਅਸੀਂ ਆਹ ਅੱਜ ਸੰਕੇਤਕ ਧਰਨਾ ਦੇ ਕੇ ਆਇਆਂਗੇ, ਇਦੋਂ ਬਾਅਦ ਜੇ ਨਾ ਸਰਕਾਰ ਨੇ ਹੋ ਗਈ ਤਾਂ ਵੱਡਾ ਐਕਸ਼ਨ ਕਰਾਂਗੇ। ਦੇਖੋ ਜੀ, ਮਸਲਾ ਇਹ ਆ, ਸਾਡੇ ਲਾਈਟ ਨਹੀਂ ਆਉਂਦੀ, ਆਪਾਂ 4 ਦਿਨ ਹੋ ਗਏ ਲਾਈਟ ਨਹੀਂ ਆਈ। ਕਿੱਥੇ ਕਹਿ ਰਹੇ ਨੇ ਵੀ ਨਿਰਵਿਘਨ ਲਾਈਟ ਦੇਵਾਂਗੇ, ਵੀ ਫਸਲਾਂ ਦਾ ਬਦਲੀ ਕਰੋ, ਫਸਲਾਂ ਦਾ ਕਣਕ ਝੋਨੇ ਦਾ ਖਹਿੜਾ ਛੱਡੋ, ਅਸੀਂ ਕਿਵੇਂ ਛੱਡਾਂਗੇ? ਕਹਿ ਰਹੇ ਨੇ ਮੱਕੀ ਬੀਜੋ, ਮੂੰਗੀ ਬੀਜੋ, ਜਦੋਂ ਹੁਣ ਲਾਈਟ ਨਹੀਂ ਆ ਰਹੀ, ਮੱਕੀ ਅਤੇ ਮੂੰਗੀ ਬੀਜਾਂਗੇ ਕਾਹਦੇ ਨਾਲ? ਆਖਰ ਜਦੋਂ ਮੱਕੀ ਮੂੰਗੀ ਨਰਮਾ ਨਾ ਵੀ ਕਿਹਾ ਅਸੀਂ ਝੋਨਾ ਫਿਰ ਬੀਜਾਂਗੇ, ਅਤੇ ਜੇ ਹੁਣ ਲਾਈਟ ਪੂਰੀ ਨਹੀਂ ਹੁੰਦੀ ਅਤੇ ਝੋਨੇ ਵੇਲੇ ਕਿਵੇਂ ਪੂਰੀ ਹੋਊਗੀ? ਅਤੇ ਬਾਕੀ ਸਾਡੇ ਘਰਾਂ 'ਚ ਵੀ ਕੱਟ ਵੱਡੇ ਵੱਡੇ ਲੱਗ ਰਹੇ ਨੇ, ਅਤੇ ਅਸੀਂ ਇਸ ਕਰਕੇ ਅਸੀਂ ਸਰਕਾਰ ਵਿਰੋਧ ਅੱਜ ਗ੍ਰਿੱਡ ਦੇ ਵਿੱਚ ਧਰਨਾ ਦਿੱਤਾ ਹੈਗਾ। ਜੇ ਘਰ ਨਾ ਦਿੱਤਾ ਤਾਂ ਨਾ ਲਾਈਟ ਪੂਰੀ ਕੀਤੀ ਗਈ, ਸਾਡੀ ਮੰਗ ਨਾ ਪੂਰੀ ਕੀਤੀ ਗਈ, ਤਾਂ ਅਸੀਂ ਸੜਕਾਂ ਰੋਕਾਂਗੇ, ਸੜਕਾਂ ਜਾਮ ਕਰਾਂਗੇ। ਜਿੱਥੋਂ ਤੱਕ ਸਾਨੂੰ ਜਥੇਬੰਦੀ ਕਹੂਗੀ ਉੱਥੋਂ ਤੱਕ ਅਸੀਂ ਪਹੁੰਚਾਂਗੇ।